ਵਿਸਾਖੀ ਦਾ ਤਿਉਹਾਰ ਹੈ ਜਿਹੜਾ ਸਾਡੇ ਪੰਜਾਬੀਆਂ ਦੇ ਲਈ ਖੁਸ਼ਹਾਲੀ ਦਾ ਤਿਉਹਾਰ ਹੈ। ਇਹ ਸਾਡੀ ਹਾੜੀ ਦੀ ਫਸਲ ਪੱਕਦੀ ਹੈ, ਦਾਤੀ ਪੈਂਦੀ ਹੈ ਅਤੇ ਉਹਦੇ ਨਾਲ ਖਾਸ ਕਰਕੇ ਜਿਹੜੇ ਪਿੰਡਾਂ ਵਾਲੇ ਨੇ ਜ਼ਿਮੀਂਦਾਰ ਆ ਉਹਨਾਂ ਦੀ ਕਣਕ ਵਿਕਦੀ ਹੈ, ਚਾਰ ਪੈਸੇ ਆਉਂਦੇ ਨੇ, ਆਪਣਾ ਮਾਰਕੀਟ ਚੱਲਦੀ ਹੈ, ਹਰ ਚੀਜ਼ ਖੁਸ਼ੋ ਖੁਸ਼ੀ ਦੇ ਵਿੱਚ ਆ ਜਾਂਦੀ ਹੈ। ਸੋ ਮੈਂ ਗੁਰੂ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਵਿਸਾਖੀ ਦਾ ਦਿਹਾੜਾ ਖੁਸ਼ੀਆਂ ਖੇੜਿਆਂ ਨਾਲ ਆਵੇ, ਚੰਗੀ ਫਸਲ ਹੋਵੇ ਜਿਹਦੇ ਨਾਲ ਸਾਰੇ ਲੋਕਾਂ ਦੀ ਤਰੱਕੀ ਹੁੰਦੀ ਹੈ। ਜਦੋਂ ਜ਼ਿਮੀਂਦਾਰ ਦੀ ਤਰੱਕੀ ਹੁੰਦੀ ਹੈ ਉਹਦੇ ਨਾਲ ਮਾਰਕੀਟ ਦੇ ਵਿੱਚ ਵੀ ਤਰੱਕੀ ਹੁੰਦੀ ਹੈ, ਹਰ ਬਿਜ਼ਨਸ ਚੱਲਦਾ। ਸੋ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਚੰਗੀ ਫਸਲ ਆਵੇ ਅਤੇ ਚੰਗੀ ਪ੍ਰੋਗਰੈਸ ਵਾਲੀ ਗੱਲ ਹੋਵੇ, ਚੰਗੀ ਤਰੱਕੀ ਹੋਵੇ, ਅਸੀਂ ਅੱਗੇ ਵਧੀਏ। ਧੰਨਵਾਦ।